ਇੱਕ ਕੁੜੀ ਨੂੰ ਸੈਲਫੀ ਲੈਣੀ ਮਹਿੰਗੀ ਪੈ ਗਈ। ਤੁਸੀਂ ਸੋਚ ਰਹੇ ਹੋਵੋਗੇ ਕਿ ਸੈਲਫੀ ਲੈਣੀ ਕਿਵੇਂ ਮਹਿੰਗੀ ਪੈ ਗਈ। ਦਰਅਸਲ ਮਹਾਰਾਸ਼ਟਰ ਦੇ ਸਤਾਰਾ 'ਚ ਸੈਲਫੀ ਲੈਂਦੇ ਸਮੇਂ ਇੱਕ ਲੜਕੀ 100 ਫੁੱਟ ਡੂੰਘੀ ਖੜ 'ਚ ਡਿੱਗੀ। ਜਿਵੇਂ ਹੀ ਲੋਕਾਂ ਨੂੰ ਇਸ ਦਾ ਪਤਾ ਲੱਗਾ ਤਾਂ ਤੁਰੰਤ ਬਚਾਅ ਮੁਹਿੰਮ ਚਲਾਈ ਗਈ ਅਤੇ ਕਈ ਘੰਟਿਆਂ ਦੀ ਮੁਸ਼ਕਤ ਤੋਂ ਬਾਅਦ ਸਥਾਨਕ ਲੋਕਾਂ ਨੇ ਕਿਸੇ ਤਰ੍ਹਾਂ ਜ਼ਖਮੀ ਲੜਕੀ ਨੂੰ ਰੱਸੀ ਦੀ ਮਦਦ ਨਾਲ ਬਾਹਰ ਕੱਢਿਆ। ਇਸ ਹਾਦਸੇ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਜਿਸ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਲੜਕੀ ਨੂੰ ਰੱਸੀ ਦੀ ਵਰਤੋਂ ਕਰਕੇ ਉੱਪਰ ਲਿਆਇਆ ਜਾ ਰਿਹਾ। ਲੜਕੀ ਦਰਦ ਨਾਲ ਬੁਰੀ ਤਰ੍ਹਾਂ ਚੀਕ ਰਹੀ ਹੈ। ਦੱਸਦੇ ਕਿ ਲੜਕੀ ਨੂੰ ਨਿੱਜੀ ਹਸਪਤਾਲ ਭੇਜਿਆ ਗਿਆ ਜਿੱਥੇ ਉਸਦਾ ਇਲਾਜ ਚੱਲ ਰਿਹਾ। ਦਰਅਸਲ ਲੜਕੀ ਇੱਥੇ ਮੌਨਸੂਨ ਦਾ ਆਨੰਦ ਲੈਣ ਆਈ ਸੀ ਪਰ ਉਸਦੇ ਇੱਕ ਲਾਪਰਵਾਹੀ ਮਹਿੰਗੀ ਸਾਬਤ ਹੋਈ। Subscribe to One India channel and never miss an update.